जोगिंदर सिंह सूबा प्रधान भारतीय किसान एकता उगरा हां। अज जिहड़ा जैनी साहब का बयान आया है भी इह किसानां दा कोई लीडर नहीं है, गल सरकार किहदे नाल करे, असीं पुछना चाहुंदे आ जैनी साहब नूं भी 7 मीटिंगां लागियां उह बिना लीडर तों लागियां। 29 तरीक नूं असीं लिख के चिट्ठी भेजी सी भी साडी 29 नूं मीटिंग करो, उह 30 दी हो गई। ਉਹ 29 ਨੂੰ ਚਿੱਠੀ ਕਿਹਨੇ ਭੇਜੀ ਸੀ? ਉਹ ਲੀਡਰਾਂ ਤੋਂ ਬਿਨਾਂ ਚਲੀ ਗਈ। 7 ਮੀਟਿੰਗਾਂ ਦੀ ਬੈਠਕ ਦੇ ਵਿੱਚ ਸਰਕਾਰ ਅਮੈਂਡਮੈਂਟ ਕਰਨ ਵਾਸਤੇ ਤਿਆਰ ਹੋ ਗਈ। ਸਰਕਾਰ ਨੇ ਪ੍ਰਵਾਨ ਕਰ ਲਿਆ ਵੀ ਕਾਨੂੰਨਾਂ ਦੇ ਵਿੱਚ ਫਰਕ ਨੇ, ਕਾਨੂੰਨਾਂ ਦੇ ਵਿੱਚ ਨੁਕਸ ਨੇ, ਅਮੈਂਡਮੈਂਟ ਜਿੰਨੀ ਮਰਜ਼ੀ ਕਰਵਾ ਲਓ ਰੱਦ ਨਹੀਂ ਕਰ ਸਕਦੇ। ਇਹ ਬਿਨਾਂ ਲੀਡਰਾਂ ਤੋਂ ਹੋ ਗਿਆ ਇਹ ਸਾਰਾ ਕੰਮ। ਜਿਹੜਾ ਪਰਾਲੀ ਵਾਲਾ ਮਸਲਾ ਕਿਸਾਨਾਂ ਦਾ ਵਾਪਸ ਲੈਣ ਦਾ ਸਰਕਾਰ ਨੇ ਫੈਸਲਾ ਕੀਤਾ ਹੈ, ਅਤੇ ਜਿਹੜਾ ਉਹਨਾਂ ਨੇ ਦੂਜਾ ਜਿਹੜਾ ਬਿਜਲੀ ਬਿੱਲ 2020 ਨੂੰ ਵਾਪਸ ਲੈਣ ਦਾ ਫੈਸਲਾ ਕੀਤਾ ਹੈ, ਇਹ ਫੈਸਲਾ ਬਿਨਾਂ ਲੀਡਰਾਂ ਤੋਂ ਹੋ ਗਿਆ। ਸਰਕਾਰ ਨੇ ਆਪਣੇ ਆਪ ਐਲਾਨ ਕਰਤਾ। ਤੁਹਾਡੀ ਗੱਲ ਦੇ ਵਿੱਚ ਤੁੱਕ ਕੀ ਹੈ? ਜਿਹੜੀ ਹੁਣ 8 ਤਰੀਕ ਦੀ ਮੀਟਿੰਗ ਸੱਦੀ ਹੈ ਤੋਮਰ ਸਾਹਿਬ ਨੇ, ਕੀ ਤੋਮਰ ਸਾਹਿਬ ਜਵਾਬ ਦੇ ਸਕਦੇ ਨੇ ਵੀ ਮੀਟਿੰਗ ਉਹ ਤੁਹਾਡੀ ਇੱਟਾਂ ਨਾਲ ਹੋਊਗੀ? ਇਹ ਬੰਦਿਆਂ ਨਾਲ ਮੀਟਿੰਗ ਨਹੀਂ ਹੁੰਦੀ, ਇਹ ਆਗੂ ਨੇ ਜਿਹੜੇ ਬੈਠੇ ਹੁੰਦੇ ਨੇ ਉੱਥੇ। ਇਸ ਕਰਕੇ ਬਿਆਨੀ ਸਾਹਿਬ ਦਾ ਜਾਂ ਜੈਣੀ ਸਾਹਿਬ ਦਾ ਬਿਆਨ ਹੈ ਇਹ ਗੈਰ ਜ਼ਿੰਮੇਵਾਰ ਬਿਆਨ ਹੈ। ਉਹਨਾਂ ਨੂੰ ਬਿਆਨ ਸੋਚ ਸਮਝ ਕੇ ਦੇਣਾ ਚਾਹੀਦਾ ਹੈ। ਲੱਖਾਂ ਦੀ ਗਿਣਤੀ 'ਚ ਲੋਕ ਬੈਠੇ ਨੇ, ਇਹ ਲੀਡਰ ਦੀ ਅਗਵਾਈ 'ਚ ਹੀ ਬੈਠੇ ਨੇ, ਇਹ ਮੇਲੇ ਵਾਲੇ ਲੋਕ ਨੇ, ਇਹ ਸਧਾਰਨ ਲੋਕ ਨੇ, ਜਥੇਬੰਦ ਲੋਕ ਨੇ, ਜਾਬਤਾਬੰਦ ਲੋਕ ਨੇ। ਹਿੰਦੁਸਤਾਨ ਦੇ ਵਿੱਚ, ਦੁਨੀਆਂ ਦੇ ਵਿੱਚ ਆਧਾਰਨ ਹੈ ਵੀ ਐਡਾ ਲੰਮਾ ਸੰਘਰਸ਼ ਐਡੀ ਵੱਡੀ ਗਿਣਤੀ 'ਚ ਸੜਕਾਂ 'ਤੇ ਬੈਠਾ ਹੋਵੇ ਅਤੇ ਜਾਬਤਾ ਰੱਖੀ ਬੈਠਾ ਹੋਵੇ, ਇਹ ਲੀਡਰਾਂ ਦੇ ਕਰਕੇ ਹੀ ਹੈ। ਇਹ ਲੋਕ ਜਥੇਬੰਦ ਨੇ, ਇਹ ਗੈਰ ਜ਼ਿੰਮੇਵਾਰੀ ਨਾਲ ਨਹੀਂ ਬੈਠੇ, ਲੀਡਰਾਂ ਦੀ ਅਗਵਾਈ 'ਚ ਬੈਠੇ ਨੇ। ਇਹ ਗੱਲ ਪੱਕੀ ਹੈ ਵੀ ਲੀਡਰ ਜ਼ਿਆਦਾ ਨੇ, ਜ਼ਿਆਦਾ ਜਥੇਬੰਦੀਆਂ ਨੇ, ਜ਼ਿਆਦਾ ਜਥੇਬੰਦੀਆਂ ਦੇ ਜ਼ਿਆਦਾ ਲੀਡਰ ਹੋਣਗੀ। ਇਸ ਕਰਕੇ ਜਾਣੀ ਸਾਹਿਬ ਤੁਹਾਡਾ ਇਹ ਬਿਆਨ ਬੇਤੁਕਾ ਹੈ, ਇਹ ਮੁੜ ਕੇ ਵਿਚਾਰੋ, ਤੁਹਾਨੂੰ ਇਸ ਤਰ੍ਹਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ। ਧੰਨਵਾਦ।